ਮਾਂ ਕਹਿੰਦਾ ਹੁਣ ਮੈਂ ਤਾਂ ਲੈ ਲਿਆ, ਹੁਣ ਤੈਨੂੰ ਆਪਦੇ ਕੋਲੇ ਲੈ ਜੂੰਗਾ, ਤੇਰਾ ਇਲਾਜ ਕਰਾਊਂਗਾ, ਹੁਣ ਮੈਂ ਆਪਾਂ ਕੁੜੀ ਦਾ ਵਿਆਹ ਕਰਨਾ, ਮੈਂ ਤੈਨੂੰ ਆਪਦੇ ਕੋਲੇ ਲੈ ਜੂੰਗਾ। ਅੱਠ ਸਾਲ ਹੋ ਗਏ ਮੈਨੂੰ ਕੈਂਸਰ ਦੀ ਮਰੀਜ਼ ਨੂੰ, ਅੱਜ ਅੱਠ ਓਪਰੇਸ਼ਨ ਹੋ ਗਏ ਮੇਰੇ, ਸੱਤ ਅੱਠ ਓਪਰੇਸ਼ਨ ਹੋ ਗਏ। ਸਰਕਾਰ ਤੋਂ ਇਹੀ ਮੰਗ ਕਰਦੀ ਵੀ ਮੈਨੂੰ ਇਨਸਾਫ ਮਿਲੇ ਅਤੇ ਮੇਰਾ ਇਲਾਜ ਹੋ ਜਾਏ ਅਤੇ ਮੈਨੂੰ ਮੇਰੇ ਸ਼ਹੀਦ ਪੁੱਤ ਦੀ ਮਾਂ ਨੂੰ ਜਿਉਂਦੀ ਕਰ ਦਿਓ। ਬਠਿੰਡਾ ਦੇ ਮਹਿਮਾ ਸਰਜਾ ਦਾ ਸ਼ਹੀਦ ਫੌਜੀ ਅਮਰਦੀਪ ਸਿੰਘ ਅਪ੍ਰੈਲ 2021 ਨੂੰ ਦੇਸ਼ ਦੇ ਨਾਮ ਆਪਣੀ ਜ਼ਿੰਦਗਾਨੀ ਲਗਾ ਗਿਆ, ਪਰ ਪਿੱਛੇ ਸ਼ਹੀਦ ਦੀ ਮਾਂ ਰੁਲਣ ਨੂੰ ਮਜਬੂਰ ਹੋ ਗਈ ਹੈ। ਦਰਅਸਲ ਮਾਮਲਾ ਥੋੜ੍ਹਾ ਗੁਲਝਨਦਾਰ ਹੈ, ਜਿੱਥੇ ਰੋਂਦੀ ਕੁਰਲਾਉਂਦੀ ਸ਼ਹੀਦ ਦੀ ਮਾਂ ਜਿਸਨੂੰ ਕੈਂਸਰ ਹੈ, ਉਸਨੂੰ ਸਹੁਰਾ ਪਰਿਵਾਰ ਨੇ ਵੀ ਘਰੋਂ ਕੱਢ ਦਿੱਤਾ ਅਤੇ ਲੰਬੇ ਅਰਸੇ ਪਹਿਲਾਂ ਉਸਦੀ ਮੌਤ ਦਾ ਸਰਟੀਫਿਕੇਟ ਵੀ ਬਣਾ ਦਿੱਤਾ ਸੀ। ਮਾਂ ਦਾ ਇੱਕੋ ਇੱਕ ਸਹਾਰਾ ਸੀ ਫੌਜ 'ਚ ਭਰਤੀ ਪੁੱਤ, ਪਰ ਮਾੜੀ ਕਿਸਮਤ ਉਹ ਵੀ ਸ਼ਹੀਦ ਹੋ ਗਿਆ। ਪਿੱਛੇ ਮਾਂ ਕੈਂਸਰ ਦੇ ਨਾਲ ਪੀੜਤ ਹੈ, ਆਪਣੇ ਪੇਕੇ ਘਰ ਰਹਿੰਦੀ ਹੈ ਜਿੱਥੇ ਉਹਨਾਂ ਦੇ ਕੋਲ ਵੀ ਇਲਾਜ ਦੇ ਲਈ ਪੈਸੇ ਤੱਕ ਨਹੀਂ। ਨਾ ਸ਼ਹੀਦ ਦਾ ਨਾਨਾ ਆਪਣੀ ਧੀ ਨੂੰ ਬਚਾਉਣ ਦੇ ਲਈ ਘਰ ਨੂੰ ਗਿਰਵੀ ਰੱਖਣ ਤੱਕ ਮਜਬੂਰ ਹੋ ਗਿਆ। ਲੱਦਾਖ 'ਚ ਸੀਗੇ, 18 'ਚ ਜੋਬ ਲੱਗੇ ਹੈਗਾ, 21 'ਚ ਸ਼ਹੀਦ ਹੋਇਆ, 25 ਅਪ੍ਰੈਲ 2021 'ਚ ਸ਼ਹੀਦ ਹੋਇਆ। ਘਰ ਦੇ ਵਿੱਚ ਮੈਂਬਰ ਹੈਗੇ, ਮੇਰੇ ਪਾਪਾ ਮੰਮੀ ਹੈ, ਬਾਈ ਹੈ, ਭਾਬੀ ਹੈ, ਭਤੀਜਾ ਭਤੀਜੀ ਹੈ, ਮੈਂ ਆਹ ਘਰ ਦੇ ਮੈਂਬਰ ਹੈ। ਮੇਰਾ ਵੱਡਾ ਬਾਈ ਹੈ, ਉਹ ਪਾਸੇ ਰਹਿੰਦਾ। ਹਾਂਜੀ, 8 ਸਾਲ ਹੋ ਗਏ ਮੈਨੂੰ ਕੈਂਸਰ ਦੀ ਮਰੀਜ਼ ਨੂੰ, ਅੱਜ 8 ਓਪਰੇਸ਼ਨ ਹੋ ਗਏ ਮੇਰੇ, 7-8 ਓਪਰੇਸ਼ਨ ਹੋ ਗਏ। ਕਰਨਪੁਰ ਅਤੇ ਜੈਪੁਰ ਮੇਰਾ ਇਲਾਜ ਚੱਲਿਆ ਗਾ, ਕਰਨਪੁਰ ਓਪਰੇਸ਼ਨ ਹੋਇਆ, ਜੈਪੁਰ ਹੋਏ। ਕਿੰਨੇ ਬੱਚੇ ਸੀ ਉਹਦੇ? ਜੀ, 2 ਬੱਚੇ ਸੀਗੇ, ਇੱਕ ਗੁੱਡੀ ਇੱਕ ਕਾਕਾ। ਗੁੱਡੀ ਉਹਦੀ ਭੂਆ ਕੋਲੇ ਹੈਗੀ, ਮੁੰਡਾ ਵੀ ਭੂਆ ਕੋਲ, ਮਿਲਣ ਨਹੀਂ ਦਿੰਦੇ ਮੈਨੂੰ, ਕੁੜੀ ਨੂੰ ਵੀ ਨਹੀਂ ਮਿਲਣ ਦਿੰਦੇ। ਜੇ ਮੈਂ ਸ਼ਹੀਦ 'ਤੇ ਗਈ ਹਾਂ ਤਾਂ ਮੈਨੂੰ ਤਾਂ ਵੀ ਨਹੀਂ ਮਿਲਣ ਦਿੱਤਾ। ਮੈਨੂੰ ਉੱਥੋਂ ਸਰਪੰਚ ਤੋਂ ਫੋਨ ਕਰਾਤਾ ਕਿ ਤੂੰ ਨਾ ਆਈ ਇੱਥੇ, ਜੇ ਤੂੰ ਆਏਗੀ ਤਾਂ ਇਹ ਨਾ ਆਖੀ ਵੀ ਮੈਂ ਮਾਂ ਆਏਗੀ, ਕਿਉਂਕਿ ਉਹਨਾਂ ਨੇ ਮਾਂ ਤਾਂ ਮਰੀ ਲਿਖਾ ਦੀ ਸੀਗੀ। ਉਹ ਸਰਪੰਚ ਤੋਂ ਇਹੀ ਕਹਿ ਕੇ ਫੋਨ ਕਰਵਾਤਾ ਮੈਨੂੰ। ਕਿਉਂ ਇਸ ਤਰ੍ਹਾਂ ਕੀਤਾ ਗਿਆ ਤੁਹਾਡੇ ਨਾਲ? ਕਿਉਂਕਿ ਉਹਨਾਂ ਨੇ ਮਰੀ ਜੋ ਲਿਖਾਇਆ ਸੀਗਾ, ਉਹਨਾਂ ਨੇ ਕਹਿਤਾ ਵੀ ਮਾਂ ਮਰੀ ਹੈਗੀ, ਬਚਪਨ ਤੋਂ ਇਹਨਾਂ ਦੀ ਮਾਂ ਮਰੀ ਹੈ। ਅਤੇ ਕਿਉਂਕਿ 5ਵੀਂ ਕਲਾਸ 'ਚ ਮੇਰੇ ਕੋਲ ਪੜ੍ਹਦਾ ਸੀਗਾ ਜਦੋਂ ਮੈਨੂੰ ਘਰੋਂ ਕੱਢਿਆ ਉਹਨਾਂ ਨੇ, ਅਤੇ ਬਚਪਨ ਤੋਂ ਮਾਂ ਮਰੀ ਹੁੰਦੀ ਅਤੇ 5ਵੀਂ ਕਲਾਸ 'ਚ ਮੇਰੇ ਕੋਲ ਕਿਵੇਂ ਪੜ੍ਹਦਾ ਸੀ? ਲੜਾਈ ਝਗੜਾ ਤਾਂ ਬਹੁਤ ਪਹਿਲਾਂ ਦਾ ਹੀ ਚੱਲਦਾ ਜੀ, 3 ਮਹੀਨੇ ਹੋਏ ਸੀ ਵਿਆਹ ਨੂੰ ਜਦੋਂ ਤੋਂ ਲੜਾਈ ਝਗੜਾ ਚੱਲਦਾ ਸੀ। ਕਦੇ ਦਾਜ ਪਿੱਛੇ, ਕਦੇ ਕਿਵੇਂ, ਕਦੇ ਕਿਵੇਂ, ਬਸ ਕੁੱਟਮਾਰ ਕਰਾਉਂਦੀ ਸੀ ਉਹਦੀ ਭੂਆ ਫੁੱਫੜ ਦੋਨੇ ਵੀ, ਨਨਾਣ ਅਤੇ ਨਣਦੋਈ ਆ, ਬਸ ਹਰ ਵਕਤ ਕੁੱਟਮਾਰ ਕਰਾਉਂਦੇ ਰਹਿੰਦੇ ਸੀ। ਹਾਂ, ਇਸ ਸਾਰ ਨੂੰ ਉਹਨੇ ਮੈਨੂੰ ਘਰੋਂ ਕਢਵਾਇਆ, ਭੂਆ ਫੁੱਫੜ ਨੇ ਘਰੋਂ ਕਢਵਾ ਤਾ। ਅੱਛਾ, ਬੇਟਾ ਤੁਹਾਡੇ ਨਾਲ ਹੀ ਰਹਿੰਦਾ ਸੀ? ਨਹੀਂ ਜੀ, ਭੂਆ ਫੁੱਫੜ ਕੋਲੇ ਰਹਿੰਦਾ ਸੀ। ਬੇਟਾ ਵਧੀਆ ਗੱਲ ਕਰਦਾ ਸੀ, 7 ਸਾਲ ਹੋ ਗਏ ਸੀ, ਬੇਟਾ ਵੀ ਗੱਲ ਕਰਦਾ ਸੀ, ਬੇਟੀ ਵੀ ਗੱਲ ਕਰਦੀ ਸੀ। ਬੇਟਾ ਇਹ ਕਹਿੰਦਾ ਸੀਗਾ ਕੋਈ ਨਹੀਂ, ਹੁਣ ਜਦੋਂ ਉੱਧਰ ਗਿਆ ਹੈਗਾ, 10 ਮਹੀਨੇ ਦੀ ਡਿਊਟੀ ਸੀ। ਮਾਂ ਕਹਿੰਦਾ ਹੁਣ ਮੈਂ ਤਾਂ ਲੈ ਲਿਆ, ਹੁਣ ਤੈਨੂੰ ਆਪਦੇ ਕੋਲੇ ਲੈ ਜੂੰਗਾ, ਤੇਰਾ ਇਲਾਜ ਕਰਾਊਂਗਾ, ਹੁਣ ਮੈਂ ਆਪਾਂ ਕੁੜੀ ਦਾ ਵਿਆਹ ਕਰਨਾ, ਮੈਂ ਤੈਨੂੰ ਆਪਦੇ ਕੋਲੇ ਲੈ ਜੂ। ਬਸ ਇਹੀ ਗੱਲਾਂ ਵਾਲਾ ਹੁੰਦਾ ਸੀਗਾ ਮੈਨੂੰ ਵੀ ਥਾਂ ਪਾ ਲੈਂਦੇ, ਮੈਨੂੰ ਆਪਦੇ ਕੋਲੇ ਲੈ ਜੂ। ਮੁੜ ਕੇ ਨਹੀਂ, ਬਸ ਗੁਜ਼ਾਰਾ ਬਹੁਤ ਔਖਾ ਹੁੰਦਾ ਕਿਉਂਕਿ ਬਾਈ ਤੋਂ ਕੰਮ ਨਹੀਂ ਹੁੰਦਾ ਇੰਨਾ, ਢੂਈ ਲਾ ਕੇ ਹੈ, ਢੂਈ ਬੰਨ੍ਹ ਕੇ ਮਾੜਾ ਮੋਟਾ ਕੰਮ ਕਰਦਾ ਸੀ, ਮੇਰੇ ਇਲਾਜ ਦੀ ਉੱਧਰ ਘਰ ਵਿਕਾਊ ਕਰਿਆ ਵਾ ਸਰ। ਅੱਛਾ, ਘਰ ਵੀ ਵਿਕਾਊ ਕਰ ਦਿੱਤਾ, ਹੁਣ ਸਰਕਾਰ ਤੋਂ ਕੀ ਮੰਗ ਕਰਦੇ? ਸਰਕਾਰ ਤੋਂ ਇਹੀ ਮੰਗ ਕਰਦੀ ਹਾਂ ਵੀ ਮੈਨੂੰ ਇਨਸਾਫ ਮਿਲੇ ਅਤੇ ਮੇਰਾ ਇਲਾਜ ਹੋ ਜਾਏ ਅਤੇ ਮੈਨੂੰ ਮੇਰੇ ਸ਼ਹੀਦ ਪੁੱਤ ਦੀ ਮਾਂ ਨੂੰ ਜਿਉਂਦੀ ਕਰ ਦਿਓ। ਇਹੀ ਚਾਹੁੰਦੀ ਕਿਉਂਕਿ ਉਹਦੇ ਭੂਆ ਫੁੱਫੜ ਨੇ ਮੈਨੂੰ ਮਰੀ ਲਿਖਾਇਆ ਗਾ, ਮੀਡੀਆ 'ਚ ਇਹੀ ਕਿਹਾ ਹੈਗਾ ਵੀ ਮਾਂ ਮਰੀ ਵੀ ਇਹਨਾਂ ਦੀ, ਮੈਂ ਜਿਉਣੀ ਹੈ, ਬਸ ਜਿਉਂਦੀ ਹੋਣਾ ਚਾਹੁੰਦੀ ਹਾਂ ਵੀ ਸ਼ਹੀਦ ਦੀ ਮਾਂ। ਅੱਛਾ, ਪੀੜਿਤ ਕੀ ਬਿਮਾਰੀ? ਹਾਂਜੀ, ਕੈਂਸਰ ਨਾਲ ਪੀੜਿਤ? ਹਾਂਜੀ, ਕੈਂਸਰ ਦੀ ਬਿਮਾਰੀ। ਹੁਣ ਤਾਂ ਜੀ ਨਹੀਂ, ਅਸੀਂ ਗਏ ਕਿ ਪਹਿਲਾਂ ਤਾਂ ਖਰਚਾ ਬਹੁਤ ਹੁੰਦਾ ਸੀਗਾ, ਹੁਣ ਜੋ ਬੇਟਾ ਸ਼ਹੀਦ ਹੋਇਆ ਉਦੋਂ ਬਾਅਦ ਮੈਥੋਂ ਕਿਤੇ ਨਹੀਂ ਜਾਏਗਾ ਓਪਰੇਸ਼ਨ ਕਰਾਉਣ ਵਾਸਤੇ, ਉਹਨਾਂ ਨੇ ਕਿਹਾ ਸੀਗਾ ਓਪਰੇਸ਼ਨ ਤਕਲੀਫ ਵੱਧ ਹੀ ਜਾਂਦੀ ਹੈ, ਓਪਰੇਸ਼ਨ ਕਰਾਉਣਾ ਪਊਗਾ। ਕਿੰਨੇ ਪੈਸੇ ਮੰਗੇ ਡਾਕਟਰ ਨੇ? 3 ਲੱਖ ਰੁਪਈਆ ਮੰਗਿਆ।
ਆਪਣੀ ਧੀ ਨੂੰ ਇਸ ਹਾਲ ਦੇ ਵਿੱਚ ਦੇਖ ਕੇ ਪਿਤਾ ਦੇ ਵੱਲੋਂ ਵੀ ਪੰਜਾਬ ਸਰਕਾਰ ਨੂੰ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ। 10-11 ਸਾਲ ਸਹੁਰੇ ਘਰ ਰਹੀ ਹੈ ਪਰ ਤੰਗ ਸ਼ੰਗ ਕਰਦੇ ਰਹੇ ਬਹੁਤ, ਜਦੋਂ ਜਿੰਨਾ ਵੀ ਕਹਿ ਦਈਏ ਉਨਾ ਹੀ ਕਰਾਉਂਦੇ ਸੀ। ਇਹਦੀ ਨਣਾਨ ਅਤੇ ਨਦੋਈਆ ਅਤੇ ਘਰ ਵਾਲਾ ਤਿੰਨੇ ਕੁੱਟਮਾਰ ਕਰਦੇ ਸੀ। ਮੈਂ ਇੱਥੋਂ ਜੀਪਾਂ ਭਰ ਭਰ ਕੇ ਪੰਚਾਇਤਾਂ ਲਿਜਾਂਦਾ ਰਿਹਾ ਪਰ ਕੋਈ ਨਹੀਂ ਸਮਝੇ, ਨਾ ਸੁਣਵਾਈ ਹੋਈ ਹੋਈ। ਉਸ ਤੋਂ ਬਾਅਦ ਇਹਨੂੰ ਘਰੋਂ ਕੱਢਤਾ ਜੀ, ਘਰੋਂ ਕੱਢਤਾ ਤਾਂ ਇਹ ਉਸ ਦੇ ਚਾਚੇ ਦਾ ਪੁੱਤੀ ਉਹਦੇ ਨਾਲ ਇਹ ਚਲੀ ਗਈ, ਚਲੀ ਗਈ। ਉਸ ਨਾਲ ਉਹਨੇ ਬਿਆਨ ਕਰਾ ਲਏ ਜੀ। ਉਸ ਬੰਦੇ ਨਾਲ ਕੋਈ ਤਲਾਕ ਨਹੀਂ ਹੋਇਆ ਪਹਿਲਾਂ, ਪਹਿਲਾਂ ਵਾਲੇ ਨਾਲ ਕੋਈ ਤਲਾਕ ਨਹੀਂ ਹੋਇਆ, ਕੁਛ ਨਹੀਂ ਹੋਇਆ। ਜਦੋਂ ਘਰੋਂ ਕੱਢਤਾ ਉਹਦੇ ਨਾਲ ਚਲੀ ਗਈ, ਬਿਆਨ ਕਰਾ ਲਏ ਉਹਨੇ। ਮਟੀਲੀ ਮੰਡੀ ਜਾਵੜੇ, ਮਟੀਲੀ ਮੰਡੀ ਉਹਦੀ ਭੈਣ ਸੀ, ਉਹਦੇ ਕੋਲ ਜਾਵੜੇ, ਉੱਥੇ ਰਹਿਣ ਲੱਗ ਗਏ। ਉੱਥੇ ਰਹੇ, ਉੱਥੇ ਇਹਨਾਂ ਨੇ ਘਰ ਬਾਰ ਬਣਾ ਲਿਆ, ਕੰਮ ਕਰਕੇ, ਕਮਾਈ ਕਰਕੇ। ਚਲੋ ਅੱਛਾ, ਕੈਂਸਰ ਦੀ ਮਰੀਜ਼ ਸੀ, ਕੈਂਸਰ ਵੱਧਦਾ ਗਿਆ, ਜ਼ਿਆਦਾ ਵੱਧ ਗਈ ਤੋਂ ਬਿਮਾਰੀ, ਅਤੇ ਉਹ ਹੁਣ ਇਲਾਜ ਤਾਂ ਕਰਾਉਣਾ ਹੀ ਸੀ। ਗਾਂ ਇਹਨਾਂ ਨੇ ਕਰਨਪੁਰ ਕਰਾਇਆ ਪਹਿਲਾਂ ਓਪਰੇਸ਼ਨ, ਫਿਰ ਜੈਪੁਰ ਲੈ ਗਏ, 7-8 ਓਪਰੇਸ਼ਨ ਹੋ ਗਏ। ਸਾਰਾ ਕੁਛ ਜਿਹੜਾ ਸੀ ਵਿਕਣਾ ਸ਼ੁਰੂ ਹੋ ਗਿਆ, ਕਿਉਂ ਜਦੋਂ ਕੰਮ ਤੋਂ ਤਾਂ ਬੰਦਾ ਖੜ ਗਿਆ, ਜਦੋਂ ਆਪ ਤਾਂ ਉੱਥੇ ਲੈ ਗਿਆ ਤਾਂ ਕੰਮ ਤਾਂ ਖੜ ਗਿਆ, ਅਤੇ ਫਿਰ ਚੀਜ਼ਾਂ ਹੀ ਵਿਕਣ ਲੱਗ ਗਈਆਂ, ਲੋਕਾਂ ਤੋਂ ਪੈਸੇ ਫੜ ਫੜ ਦੇਣ ਲੱਗ ਗਿਆ। ਫਿਰ ਉਹ ਪੈਸੇ ਲਾਉਣੇ ਸੀਗੇ, ਫਿਰ ਅਖੀਰ ਆਪਦਾ ਘਰ ਵੀ 17 ਲੱਖ ਦਾ ਵੇਚਤਾ, ਜਿਹੜਾ 'ਚ ਰਹਿੰਦਾ ਸੀ, ਲਿਆ ਸੀ ਜਿਹੜਾ, ਉਹ ਵੀ ਵਿਕ ਗਿਆ 17 ਲੱਖ, ਉਹ ਵੀ ਇਹ 'ਤੇ ਲੱਗ ਗਿਆ। 8-7 ਹੋਰ, ਮਤਲਬ 20-25 ਲੱਖ ਰੁਪਈਆ ਲੱਗ ਗਿਆ ਉਸ 'ਤੇ। ਹੁਣ 4 ਸਾਲ ਹੋ ਗਏ, ਉਹ ਵੀ ਖੇੜਾ ਛੱਡ ਗਿਆ ਤਾ, ਵੀ ਮੈਂ ਕੀ ਕਰਾਂ ਹੁਣ, ਮੈਂ ਕਿੱਥੋਂ ਲਾਵਾਂ ਤੇਰੇ 'ਤੇ ਪੈਸੇ, ਮੈਂ ਕਿੱਥੋਂ ਲਿਆਵਾਂ। ਅਤੇ ਚੁੰਨੀ ਚੱਕ ਕੇ ਕੁੜੀ ਮੇਰੇ ਕੋਲ ਆ ਗਈ, ਹੁਣ ਮੈਂ ਦੱਸੋ ਕਿੱਧਰ ਕੱਢਾਂ ਬਾਪ। ਅਤੇ ਹਾਂ, ਮੇਰੇ ਕੋਲ ਕੋਈ ਪੂੰਜੀ ਨਹੀਂ, ਜਾਇਦਾਦ ਮੇਰੇ ਕੋਲ ਨਹੀਂ, ਕੋਈ ਹੋਰ ਚੀਜ਼ ਮੇਰੇ ਕੋਲ ਨਹੀਂ। ਮੁੰਡਾ ਕੰਮ ਤੋਂ ਕਰਦਾ ਚਿਣਾਈ ਦਾ, ਉਹ ਹੁਣ ਢੂਈਦਾਰ ਹੀ ਹੈ, ਉਹ ਤੋਂ ਕੰਮ ਨਹੀਂ ਹੁੰਦਾ, ਪੈੜ 'ਤੇ ਨਹੀਂ ਚੜ੍ਹ ਸਕਦਾ, ਥੱਲੇ ਥੱਲੇ ਕੰਮ ਹੈ ਜਿਹੜਾ ਕੋਈ ਹੁੰਦਾ। ਹੁਣ 2 ਬੱਚੀਆਂ ਦੇ, 1 ਬੱਚਾ, 2 ਜੀ ਅਸੀਂ ਹਾਂ, ਮਾਂ ਬਾਪ ਉਹਦੇ, 3ਜੀ ਗੁੱਡੀ ਆ ਗਈ ਹੁਣ ਕੋਲ, ਅਤੇ ਸਾਰਾ ਹੁਣ ਤੁਸੀਂ ਦੇਖੋ ਵੀ ਕਿੱਥੋਂ ਖਰਚਾ ਤੁਰੂਗਾ, ਅਤੇ ਕਿੱਥੇ ਮਜਬੂਰੀ ਹੋ ਗਈ ਹੁਣ ਹਾਰ ਕੇ। ਹੁਣ ਘਰ ਵੇਚਣਾ ਸ਼ੁਰੂ ਕੀਤਾ ਵੀ ਬਾਈ ਘਰ ਵੇਖ ਜੇ, ਅਤੇ ਇਹ ਤਾਂ ਇਲਾਜ ਤਾਂ ਕਰਾਈਏ। 3 ਲੱਖ ਰੁਪਈਆ ਮੰਗਿਆ ਡਾਕਟਰ ਨੇ ਇਲਾਜ ਦੀ, ਲਿਖ ਕੇ ਦਿੱਤਾ ਵੀ ਮਾਂ ਤਾਂ ਮਰੀ ਹੋਈ ਹੈ। ਹਾਂ, ਉਹ ਹੁਣ ਇਹਦਾ ਲੜਕਾ ਵੀ ਸ਼ਹੀਦ ਹੋ ਗਿਆ। ਪਹਿਲਾਂ ਲੜਕਾ ਇਹਨੂੰ ਦਤਾਸੇ ਦਿੰਦਾ ਰਿਹਾ ਵੀ ਮੈਂ ਤੈਨੂੰ ਲੈ ਜੂੰਗਾ। ਭੂਆ ਫੁੱਫੜ ਨੇ ਮਰੀ ਸਾਹਿਬ ਲਿਖਾਇਆ ਵਿਆ ਵੀ ਮਾਂ ਮਰੀ ਵੀ ਆ, ਨਿੱਕੇ ਹੁੰਦਿਆਂ ਦੀ ਛੱਡ ਕੇ ਮਰ ਗਈ। ਅਤੇ ਜਵਾਕ 11 ਸਾਲ ਦਾ ਸੀ ਜਦੋਂ ਇਹਦੇ ਕੋਲੋਂ, ਮਤਲਬ ਇਹਨੂੰ ਘਰੋਂ ਕੱਢਿਆ, ਉਦੋਂ 11 ਸਾਲ ਦਾ ਸੀ ਮੁੰਡਾ ਜਿਹੜਾ ਅੱਜ। ਹਾਂਜੀ, ਫੁੱਫੜ ਨਾਲ ਕੋਈ ਗੱਲ ਨਹੀਂ ਹੋਈ, ਗੱਲ ਨਹੀਂ ਕੀਤੀ ਨਹੀਂ ਵੀ ਇਹੋ ਜਿਹਾ ਕਿਉਂ ਹੋਇਆ ਨਹੀਂ। ਅਤੇ ਅੱਜ ਹੁਣ ਆ ਪਿਛਲੇ ਮਹੀਨੇ ਦੀ 25 ਤਰੀਕ ਨੂੰ ਲੱਦਾਖ ਦੇ ਵਿੱਚ ਸ਼ਹੀਦ ਹੋ ਗਿਆ ਬਰਫ਼ ਥੱਲੇ ਆ ਕੇ। ਅਤੇ ਉਦੋਂ ਵੱਡਾ ਖੜ੍ਹਾ ਹੋ ਗਿਆ, ਇੱਕ ਤਾਂ ਕੈਂਸਰ ਦੀ ਮਰੀਜ਼ ਸੀ, ਦੂਜਾ ਉਹੀ ਇਹਦਾ ਸਹਾਰਾ ਸੀ, ਉਹ ਵੀ ਖਤਮ ਹੋ ਗਿਆ। ਅਤੇ ਹੁਣ ਮੇਰੇ ਕੋਲ ਵੀ ਪੂੰਜੀ ਹੈ ਨਹੀਂ, ਮੈਂ ਕੀ ਕਰ ਸਕਦਾ, ਘਰ ਹੀ ਆ ਮੇਰੇ ਕੋਲ, ਘਰ ਵੇਚਦਾ, ਤੇਰਾ ਇਲਾਜ ਕਰਾ ਦਿੰਦਾ ਮੈਂ, ਹੋਰ ਕੋਲ ਕੁਛ ਨਹੀਂ। ਤੁਸੀਂ ਕੰਮ ਕੀ ਕਰਦੇ? ਕੁਛ ਵੀ ਨਹੀਂ, ਮੈਂ ਤਾਂ ਕਰਦਾ ਚੂੜਾ ਨਿਕਲਿਆ, ਇਹ ਮੁੰਡਾ ਹੀ ਕੰਮ ਕਰਦਾ ਸੀਗਾ। ਹਜੇ ਹੁਣ ਆਹੀ ਆ ਨੇ ਵੀ ਕੋਈ ਸਰਕਾਰ ਮਦਦ ਕਰਦੇ, ਚਲੋ ਕੋਈ ਕਿਸੇ ਪਾਸਿਓਂ ਹੋਰ, ਕੋਈ ਹੋਰ ਹੋ ਜੇ ਕਿਸੇ ਪਾਸਿਓਂ, ਚਲੋ ਇਹਦਾ ਇਲਾਜ ਕਰਾ ਦਈਏ, ਘਰ ਬਸ ਜੇ। ਅਕਸਰ ਗਾਂ ਚ ਵਾਖ ਜਲੇ ਬਹਿਣਾ, ਗਾਂ ਕਿੱਥੇ ਬਹਿਣਗੇ ਜਾ ਕੇ। ਜ਼ਿਕਰਯੋਗ ਹੈ ਕਿ ਸ਼ਹੀਦ ਦੀ ਮਾਂ ਨੇ ਗੁਹਾਰ ਲਗਾਈ ਹੈ ਇਨਸਾਫ ਦੀ, ਉਸਨੂੰ ਮਦਦ ਮਿਲੇ ਅਤੇ ਕਾਗਜ਼ਾਂ ਦੇ ਵਿੱਚ ਉਸਨੂੰ ਫਿਰ ਤੋਂ ਜਿਉਂਦਾ ਕੀਤਾ ਜਾਵੇ। ਹੁਣ ਵੇਖਣਾ ਇਹ ਹੋਵੇਗਾ ਕਿ ਕਦੋਂ ਇਸ ਮਾਂ ਨੂੰ ਇਨਸਾਫ ਮਿਲਦਾ ਹੈ। ਬਠਿੰਡਾ ਤੋਂ ਪਵਨ ਬਾਂਸਲ ਦੀ ਰਿਪੋਰਟ, ਸਕਾਈ ਨਿਊਜ਼ ਪੰਜਾਬ। ਜੇ ਤੁਸੀਂ ਐਕਸਪ੍ਰੈਸ ਐਂਟਰੀ ਦੇ ਵਿੱਚ ਜਾਂ PNP ਦੇ ਥਰੂ ਜਾਂ LMIA ਦੇ ਥਰੂ ਜਾਂ ਜੋਬ ਆਫਰ ਦੇ ਥਰੂ ਜਾ ਕੇ ਪੱਕੇ ਤੌਰ 'ਤੇ ਸੈਟਲ ਹੋਣਾ ਚਾਹੁੰਦੇ ਹੋ, ਜਾਂ ਤੁਸੀਂ ਸਟੂਡੈਂਟ ਵੀਜ਼ਾ ਅਤੇ ਕੈਨੇਡਾ ਜਾਂ ਆਸਟ੍ਰੇਲੀਆ ਸਕੋਲਰਸ਼ਿਪ ਦੇ ਨਾਲ ਘੱਟ ਫੀਸ 'ਤੇ ਤੁਹਾਡੇ ਐਜੂਕੇਸ਼ਨ 'ਚ ਗੈਪ ਹੈ ਅਤੇ ਤੁਸੀਂ ਪੜ੍ਹ ਕੇ ਜੇ ਸੈਟਲ ਹੋਣ ਦਾ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ, ਤੁਸੀਂ ਹੇਠ ਲਿਖੇ ਨੰਬਰਾਂ 'ਤੇ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ। ਖਬਰ ਦੀ ਤਾਜ਼ਾ ਅਪਡੇਟ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, Facebook ਚੈਨਲ ਨੂੰ ਲਾਈਕ ਅਤੇ ਸ਼ੇਅਰ ਕਰੋ।